एंड सत श्री अकाल, मैं हूं आपका दोस्त अरविंदर और आप सबका स्वागत है पंजाबी सिनेमा पंजाबी गीत में। भाई आज हम आपकी मुलाकात करवाएंगे FIR फेम पंजाबी एक्टर गोपी भल्ला से और साथ ही आपको बताएंगे कि कौन सा हरियाणवी एक्टर है जिसने मारी है पंजाबी फिल्मों में एंट्री और कुछ करेंगे वार्तालाप डॉली गुलेरिया जी के साथ। तो सबसे पहले शुरुआत करते हैं इस कार्यक्रम की गोपी भल्ला से हुई हमारी एक्सक्लूसिव बातचीत से। कैरी ऑन लो जी, पंजाबी हो गई है शुरू इसका और इस दे विच असीं हुण इंटरव्यू करन जा रहे हां गोपी भल्ला जी दा इसका। वेल ब्रो, व्हाट इज योर नेम इज दा? रोहिणी में है ट्रैफिक जैम इज दा। वेल लगता है ये फिल्मों का दीवाना इज दा। गुल्ले जरा दो चार खींच के इसके लगाना इज दा। या शी इज वेरी खूंखार इज दा। मैं हूं चौकी का अक्षय कुमार इज दा। गोपी जी इस टाइम मेरे नाल बैठे हुए ने। गोपी जी चंडीगढ़ आए हो, फिल्म की शूटिंग तुसी कर रहे हो, एक केड़ी फिल्म है जिदे बारे तुसी साडे दर्शकों नूं दसना चाहोगे कि ये है केड़ी फिल्म और तुहाडा उहदे विच किरदार की? सब तो पहला तो मैनूं चंडीगढ़ आके लग्या बड़ा अच्छा इसका, हसीने अगर मिसी रोटियां मैं हां पराठा लच्छा इसका। मेरी पड़ोसना जी लप्पी लूसरा, उसने कहा जी मामला थोड़ा कम हो रहा है, जरा ध्यान दूं इसके लिए। Trying to look young. Yeah, this one. ਪੰਜਾਬੀ ਫਿਲਮ ਉਹ ਜਿਹੜੀ ਰੈਂਬੋ ਰਾਂਝਾ ਜਿਹਦੀ ਤੁਸੀਂ ਸ਼ੂਟ ਕਰਕੇ ਹੁਣ ਤੁਸੀਂ ਵਾਪਸ ਉਡਾਰੀ ਮਾਰਨ ਲੱਗੇ ਹੋ ਬੰਬੇ ਵੱਲ ਨੂੰ, ਉਹ ਕਿਹੜੀ ਫਿਲਮ ਹੈ ਔਰ ਉਹਦੇ ਵਿੱਚ ਕੀ ਕਿਰਦਾਰ ਹੈ ਤੁਹਾਡਾ, ਉਹਦੇ 'ਤੇ ਚਾਨਣਾ ਪਾਓ ਜੀ। ਇਹ ਫਿਲਮ ਪੰਜਾਬੀ ਦੀ ਰੈਂਬੋ ਰਾਂਝਾ ਹੈ ਅਤੇ ਇਹਦੇ ਵਿੱਚ ਮੈਂ ਹੀਰੋਇਨ ਦੇ ਮਾਮੇ ਦਾ ਰੋਲ ਕਰ ਰਿਹਾ ਅਤੇ ਔਰ ਇਹ ਪੰਜਾਬੀ ਫਿਲਮ ਮੈਂ ਕਮ ਸੇ ਕਮ 10-12 ਸਾਲ ਬਾਅਦ ਪੰਜਾਬੀ ਫਿਲਮ ਕਰ ਰਿਹਾ। ਮੇਰੇ ਖਿਆਲ 'ਚ ਜੀ ਆਇਆਂ ਤੋਂ ਬਾਅਦ ਮੈਂ ਪੰਜਾਬੀ ਫਿਲਮ ਕਰ ਰਿਹਾ ਅਤੇ ਇਸ ਫਿਲਮ ਦੇ ਡਾਇਰੈਕਟਰ ਨਵਨੀਤ ਸਿੰਘ ਨੇ ਮੈਨੂੰ ਅਪਰੋਚ ਕੀਤਾ, ਮੈਨੂੰ ਫੋਨ ਕੀਤਾ, ਕਹਿੰਦੇ ਆਪਾਂ ਪੰਜਾਬੀ ਫਿਲਮ ਕਰਨੀ ਹੈ ਅਤੇ ਔਰ ਮੈਂ ਵੀ ਵੇਟ ਕਰ ਰਿਹਾ ਸੀ। ਮੈਂ ਕਿਹਾ ਵੀ ਅੱਛੀ ਫਿਲਮ, ਕੋਈ ਪ੍ਰੋਜੈਕਟ ਅੱਛਾ ਹੋਵੇ, ਅੱਛੀ ਕਹਾਣੀ ਹੋਵੇ, ਅੱਛੇ ਮਤਲਬ ਰਾਈਟਰ ਡਾਇਰੈਕਟਰ ਹੋਣ, ਤਾਂ ਪਰ ਮੈਂ ਵੀ ਵੇਟ ਕਰ ਰਿਹਾ ਸੀ। ਫਿਰ ਇਸ ਕਰਕੇ ਮੈਂ ਫਿਲਮ ਕੀਤੀ ਕਿਉਂਕਿ ਇਹਨਾਂ ਦੇ ਜਿਹੜੇ ਕੈਮਰਾਮੈਨ ਨੇ ਹਰਮੀਤ ਸਿੰਘ ਉਹ ਹਿੰਦੀ ਫਿਲਮਾਂ ਦੇ ਬਹੁਤ ਉੱਘੇ ਮਤਲਬ ਕੈਮਰਾਮੈਨ ਨੇ, ਜਿਨ੍ਹਾਂ ਨੇ ਦੀਵਾਨਾ ਸ਼ਾਹਰੁਖ ਖਾਨ ਦੀ ਫਿਲਮ ਕੀਤੀ, ਸਨਮ ਬੇਵਫਾ ਕੀਤੀ ਸਲਮਾਨ ਖਾਨ ਦੀ, ਜੀਤ, ਸਨੀ ਦਿਓਲ ਔਰ ਇਹਨਾਂ ਦੀ ਕੀਤੀ, ਬਹੁਤ ਵੱਡੀਆਂ ਵੱਡੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਅਤੇ ਇਹਨਾਂ ਦਾ ਲੜਕਾ ਜਿਹੜਾ ਨਵਨੀਤ ਸਿੰਘ ਉਹ ਵੀ ਉਹਨਾਂ ਨੇ ਪਹਿਲਾਂ ਕਾਫੀ ਫਿਲਮਾਂ ਪੰਜਾਬੀ ਦੀਆਂ ਬਣਾਈਆਂ, ਮੇਲ ਕਰਾ ਦੇ ਰੱਬਾ ਹੋਰ ਮਤਲਬ ਇਹ ਸਭ, ਅਤੇ ਮੈਨੂੰ ਚੰਗਾ ਲੱਗਿਆ ਮੈਂ ਪੰਜਾਬੀ ਫਿਲਮ ਕਰ ਰਿਹਾ, ਹੁਣ ਆਪਣੀ ਮਾਂ ਬੋਲੀ ਹੈ ਮੈਨੂੰ ਕਰਨੀ ਚਾਹੀਦੀ ਸੀ। ਲਿਖਾਵੇ ਸਾਰਿਆਂ ਦੀ ਮੱਠੀ। ਹਾਂਜੀ ਸਰ ਜੀ, ਮੜੀ ਦੇ ਦੀਵੇ ਤੋਂ ਬਾਅਦ ਤੁਸੀਂ ਹੁਣ ਨੈਸ਼ਨਲ ਅਵਾਰਡ ਵਿਨਿੰਗ ਫਿਲਮ ਸੀ, ਬੜੀ ਤਗੜੀ ਪੰਜਾਬੀ ਫਿਲਮ ਸੀ ਅਤੇ ਹੁਣ ਜਿਹੜੀਆਂ ਨੇ ਪਿਛਲੇ ਕੁਝ ਸਾਲਾਂ ਤੋਂ ਜਦੋਂ ਦਾ ਪੰਜਾਬੀ ਸਿਨੇਮਾ ਰੀਬੋਨ ਹੋਇਆ ਉਸ ਤੋਂ ਬਾਅਦ ਨਾ ਇੱਕ ਹੀ ਜੋਨਰ ਦੀਆਂ ਫਿਲਮਾਂ ਜ਼ਿਆਦਾ ਬਣਦੀਆਂ ਪਈਆਂ ਸਨ। ਜਦੋਂ ਦੋ ਫਿਲਮਾਂ ਬਣੀਆਂ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਅਤੇ ਹੁਣ ਸੁੱਤਾ ਨਾਗ ਨਾਂ ਦੀ ਇੱਕ ਸ਼ਾਰਟ ਫਿਲਮ ਵੀ ਜਿਹਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ, ਤੁਹਾਨੂੰ ਇੱਕ ਸੀਨੀਅਰ ਕਲਾਕਾਰ ਹੋਣ ਦੇ ਨਾਤੇ ਔਰ ਨੈਸ਼ਨਲ ਅਵਾਰਡ ਵਿਨਰ ਹੋਣ ਦੇ ਨਾਤੇ, ਇੱਕ ਐਸੀ ਫਿਲਮ ਦੇ ਨਾਲ ਜੁੜੇ ਹੋਣ ਦੇ ਨਾਤੇ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਸੀ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਸਬਜੈਕਟ ਹੋਰ ਨੇ ਜਿਨ੍ਹਾਂ ਨੂੰ ਹੁਣ ਛੂਹਣਾ ਚਾਹੀਦਾ ਪੰਜਾਬੀ ਫਿਲਮ ਮੇਕਰਸ ਨੂੰ? ਦੇਖੋ ਜਿਵੇਂ ਮੜੀ ਦਾ ਦੀਵਾ ਦਾ ਜ਼ਿਕਰ ਕੀਤਾ, ਮੈਂ ਮੜੀ ਦਾ ਦੀਵਾ ਫਿਲਮ ਨੂੰ ਮੇਰੀ ਪਹਿਲੀ ਫਿਲਮ ਸੀ ਜਿਸ 'ਚ ਰਾਜ ਬੱਬਰ, ਦੀਪਤੀ ਨਵਲ, ਪੰਕਜ ਕਪੂਰ ਸਨ ਅਤੇ ਉਹ ਮੇਰੇ ਵਿੱਚ ਮੇਰਾ ਸੈਂਟਰ ਰੋਲ ਦੀਪਤੀ ਨਵਲ ਦੇ ਹਸਬੈਂਡ ਦਾ ਰੋਲ ਸੀ ਮਤਲਬ, ਅਤੇ ਉਹ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਅਤੇ ਮੈਨੂੰ ਉਸ ਫਿਲਮ ਤੋਂ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਮਿਲਿਆ ਸੀ ਅਤੇ ਉਹ ਪੰਜਾਬੀ ਫਿਲਮ ਜਿਹੜੀ ਸੀ ਉਹ ਗੁਰਦਿਆਲ ਸਿੰਘ ਦਾ ਨਾਵਲ ਸੀ ਆਪਣਾ ਮੜੀ ਦਾ ਦੀਵਾ, ਉਸ ਦੇ ਬੇਸਡ ਸੀ। ਅਤੇ ਮੈਂ ਚਾਹੁੰਦਾ ਵੀ ਅਸਾਂ ਸਾਡੇ ਇੰਨੇ ਅੱਛੇ ਅੱਛੇ ਰਾਈਟਰ ਨੇ ਪੰਜਾਬ ਦੇ ਵਿੱਚ, ਬਲਦੇਵ ਸਿੰਘ ਕਰਕੇ ਹੈਗੇ ਅਤੇ ਬਾਕੀ ਰਤਨ ਔਲਖ ਹੈਗੇ, ਕਾਫੀ ਅੱਛੇ ਅੱਛੇ ਆਪਣੇ ਰਾਈਟਰ ਹੈ, ਉਹਨਾਂ ਦੇ ਕੁਛ ਮਤਲਬ ਜਿਹੜੇ ਨਾਵਲ ਨੇ ਉਹਨਾਂ ਦੀਆਂ ਕਹਾਣੀਆਂ ਉਹਨਾਂ ਨੂੰ ਛੂਹਣਾ ਚਾਹੀਦਾ।
ਸਰ ਜੀ ਤੁਸੀਂ ਤੇ ਹੈਗੇ ਹੋ ਚੰਡੀਗੜ੍ਹ ਇਸ ਦਾ, ਤੇ ਪਿੱਛੇ ਮੰਮੀ ਜੀ ਕੀ ਕਰਦੇ ਨੇ ਇਸ ਦਾ? ਮੰਮੀ ਜੀ ਹੁਣ ਮੈਂ ਅੱਜ ਫਲਾਈਟ ਹੈ ਮੇਰੀ ਹੁਣ 12 ਵਜੇ, ਉਹ ਥੋੜੀ ਲੇਟ ਹੋ ਗਈ, ਕਾਫੀ ਫੌਗ ਹੈ, ਧੁੰਦ ਕਾਫੀ ਹੈ, ਤੇ ਜਾ ਕੇ ਕੱਲ ਤੋਂ ਸ਼ੂਟਿੰਗ ਕਰਨੀ ਉਹਨਾਂ ਨਾਲ। ਹਾਂਜੀ ਜੀ ਮੰਮੀ ਜੀ ਬੋਲਣਾ, ਫਿਰ ਕੈਰੀ ਔਨ ਬੋਲਣਾ, ਫਿਰ ਵੈਲ ਬੋਲਣਾ, ਯਾ ਦਿਸ ਵਨ ਬੋਲਣਾ, ਤੇ ਅੱਛਾ ਬਸ FIR ਲੋਕ ਕਾਫੀ ਦੇਖ ਰਹੇ ਨੇ, ਲੋਕ ਪਸੰਦ ਕਰ ਰਹੇ ਨੇ ਇਹ।